ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ। 1000 ਨਸ਼ੀਲੀਆਂ ਗੋਲੀਆਂ ਸਮੇਤ 2 ਵਿਅਕਤੀ ਗ੍ਰਿਫਤਾਰ। ਤਰਨਤਾਰਨ ਜ਼ਿਲ੍ਹਾ ਪੁਲਿਸ ਮੁਖੀ ਧਰੁਵ ਦਹੀਆ ਵੱਲੋਂ ਨਸ਼ਿਆਂ ਦੇ ਸਦਾਗਰਾਂ ਖਿਲਾਫ ਵਿੱਢੀ ਹੋਈ ਮੁਹਿੰਮ ਤਹਿਤ ਥਾਣਾ ਵਲਟੋਹਾ ਦੀ ਪੁਲਿਸ ਨੇ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਹਰਚੰਦ ਸਿੰਘ ਨੇ ਦੱਸਿਆ ਕਿ ਨਸ਼ਾ ਵੇਚਣ ਵਾਲਿਆਂ ਨੂੰ ਨੱਥ ਪਾਉਣ ਲਈ ਵਿੱਢੀ ਹੋਈ ਮੁਹਿੰਮ ਤਹਿਤ ASI ਸਾਹਿਬ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ 2 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ, ਜਿਨ੍ਹਾਂ ਦੀ ਪਹਿਚਾਣ ਸਰਜ ਸਿੰਘ ਉਰਫ ਰਿੰਕੂ ਪੁੱਤਰ ਗੁਰਾ ਸਿੰਘ ਵਾਸੀ ਆਂਸਲੋਤਾੜ ਅਤੇ ਸ਼ਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਜੋਧ ਸਿੰਘ ਵਾਲਾ ਵਜੋਂ ਹੋਈ ਹੈ ਅਤੇ ਤਲਾਸ਼ੀ ਲੈਣ ਤੇ ਸਰਜ ਸਿੰਘ ਕੋਲੋਂ 250 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ, ਜਦਕਿ ਸ਼ਿੰਦਰ ਸਿੰਘ ਕੋਲੋਂ 750 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਥਾਣਾ ਮੁਖੀ ਹਰਚੰਦ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਉਕਤ ਵਿਅਕਤੀਆਂ ਨੇ ਦੱਸਿਆ ਕਿ ਇਹ ਨਸ਼ੀਲੀਆਂ ਗੋਲੀਆਂ ਉਹਨਾਂ ਡਾਕਟਰ ਗੁਰਮੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਆਂਸਲਤਾੜ ਤੋਂ ਖਰੀਦੀਆਂ ਹਨ। ਉਹਨਾਂ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਡਾਕਟਰ ਗੁਰਮੀਤ ਸਿੰਘ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਹੜੀ ਸਿੰਥੈਟਿਕ ਡਰੱਗਸ ਆ, ਮੈਡੀਕਲ ਡਰੱਗ ਜਿਹਨੂੰ ਕਹਿੰਦੇ ਆਪਾਂ, ਇਹਦਾ ਬੜਾ ਵੱਡਾ ਨੈੱਟਵਰਕ ਸੀਗਾ। ਇਹ ਟਰੋਮਾਡੋਲ ਦੀਆਂ ਅਤੇ ਹੋਰ ਕਿਸਮ ਦੀਆਂ ਨਸ਼ੀਲੀਆਂ ਗੋਲੀਆਂ ਜਿਹੜੀਆਂ ਵਾ ਇਹ ਵੇਚਦੇ ਸੀਗੇ, ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਸ਼ਿੰਦਰ ਪੁੱਤਰ ਸੁੱਚਾ ਸਿੰਘ ਵਾਸੀ ਜੋਧ ਸਿੰਘ ਵਾਲਾ ਨੂੰ, ਫਿਰ ਉਸਦੇ ਰਿੰਕੂ ਪੁੱਤਰ ਗੁਰਾ ਸਿੰਘ ਜਿਹੜਾ, ਇਹਨਾਂ ਨੂੰ 1000 ਨਸ਼ੀਲੀ ਗੋਲੀ ਸਮੇਤ ਕਾਬੂ ਕੀਤਾ ਸੀ। ਅਤੇ ਇਹਨਾਂ ਨੇ ਮੁੱਢਲੀ ਪੁੱਛਗਿੱਛ ਦੇ ਵਿੱਚ ਹੀ ਦੱਸਿਆ ਕਿ ਅਸੀਂ RMP ਡਾਕਟਰ ਗੁਰਮੀਤ ਸਿੰਘ ਵਾਸੀ ਆਸਲ, ਜਿਹੜਾ ਕਿ ਪਹਿਲਾਂ ਹੀ NDPS ਐਕਟ ਦੇ ਕੇਸ ਦੇ ਵਿੱਚ ਸਜ਼ਾ ਭੁਗਤ ਕੇ ਅਤੇ ਆਇਆ ਹੀ ਆ, ਜੇ ਆਏ ਨੂੰ ਥੋੜ੍ਹਾ ਚਿਰ ਹੀ ਹੋਇਆ ਵਾ, ਕੋਈ ਕਰੀਬ 6-7 ਮਹੀਨੇ, ਅਤੇ ਉਹਨੇ ਆਉਂਦਿਆਂ ਹੀ ਫਿਰ ਵੱਡੇ ਪੱਧਰ ਦੇ ਉੱਤੇ ਸਪਲਾਈ ਸ਼ੁਰੂ ਕਰਤੀ ਸੀ ਅਤੇ ਉਹ ਇਹਨਾਂ ਨੂੰ ਗ੍ਰਿਫਤਾਰ ਕਰਕੇ ਅਤੇ ਉਹਨੂੰ ਅਹਿਮ ਕਦਮੇ ਦੇ ਵਿੱਚ 29 NDPS ਐਕਟ ਦੇ ਵਿੱਚ ਨੋਮੀਨੇਟ ਕੀਤਾ ਵਾ, ਕਿਉਂਕਿ ਉਹ ਬੰਦਾ ਜਿਹੜਾ ਪਹਿਲਾਂ ਹੀ NDPS ਐਕਟ ਦੇ ਵਿੱਚ ਸਜ਼ਾ ਭੁਗਤ ਕੇ ਆਇਆ ਵਾ। ਅਤੇ ਜਿਹੜੀ ਹੁਣ ਨਵੀਂ ਪ੍ਰੋਵੀਜ਼ਨ ਆਈ ਆ ਉਹਦੇ ਮੁਤਾਬਕ ਅਸੀਂ 31A NDPS ਐਕਟ ਦੇ ਵਿੱਚ ਵਾਧਾ ਜੁਰਮ ਕਰਨ ਜਾ ਰਹੇ ਹਾਂ, ਜਦੋਂ ਉਹਨੂੰ ਅਰੈਸਟ ਕਰ ਲਾਂਗੇ ਫਿਲਹਾਲ ਉਹ ਭਗੌੜਾ ਕਰੋ। ਇਹ ਵੀ ਇੱਕ ਬਹੁਤ ਵੱਡਾ ਨੈੱਟਵਰਕ ਸੀ ਜਿਹੜਾ ਅਸੀਂ ਇਹਦੇ ਤੋਂ ਅਗਾਂਹ ਪੁੱਛਗਿੱਛ ਕਰਕੇ ਅੰਮ੍ਰਿਤਸਰ ਤੱਕ ਪਹੁੰਚਾਂਗੇ, ਜਿੱਥੋਂ ਮੇਨ ਸਪਲਾਈ ਹੁੰਦੀ ਹੈ ਬਹੁਤ ਵੱਡੇ ਪੱਧਰ 'ਤੇ, ਜਿੱਥੋਂ ਨਸ਼ੀਲੀਆਂ ਗੋਲੀਆਂ ਤਰਨ ਤਾਰਨ ਅਤੇ ਇਹਦੇ ਨਾਲ ਲੱਗਦੇ ਹੋਰ ਡਿਸਟ੍ਰਿਕਟਾਂ 'ਚ ਸਪਲਾਈ ਹੁੰਦੀ ਹੈ। ਅਤੇ ਕਾਨੂੰਨ ਮੁਤਾਬਕ ਜਿਹੜਾ ਵਾ ਉਹ ਅਗਾਂਹ ਅੱਗੇ ਤੁਰਦੇ ਜਾਵਾਂਗੇ, ਜਿੱਥੋਂ ਤੱਕ ਵੀ ਸਾਨੂੰ ਐਂਡ ਮਿਲੂਗਾ ਅਸੀਂ ਉੱਥੋਂ ਤੱਕ ਜਾਵਾਂਗੇ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ TV ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।